ਚੱਬੇਵਾਲ ਜ਼ਿਮਨੀ ਚੋਣ ਨੂੰ ਲੈ ਕੇ ਚੌਣ ਕਮਿਸ਼ਨ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਤੇ ਚੱਬੇਵਾਲ ਹਲਕੇ ਦੇ ਵਿੱਚ 13 ਨਵੰਬਰ ਨੂੰ ਜ਼ਿਮਨੀ ਚੋਣ ਹੋਏਗੀ ਤੇ 23 ਨਵੰਬਰ ਨੂੰ ਚੱਬੇਵਾਲ ਦੇ ਲੋਕਾਂ ਨੂੰ ਆਪਣਾ ਨਵਾਂ ਐਮਐਲਏ ਮਿਲੇਗਾ ਸੋ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਹਾਲੀ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਤੇ ਉੱਥੋਂ ਮੌਜੂਦਾ ਵਿਧਾਇਕ ਤੇ ਵਿਰੋਧੀ ਧਿਰ ਦੇ ਆਪ ਨੇਤਾ ਡਾਕਟਰ ਰਾਜਕਮਾਰ ਚੱਬੇਵਾਲ ਵੱਲੋਂ ਕਾਂਗਰਸ ਪਾਰਟੀ ਨੂੰ ਅਲਵਿਦਾ ਆਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਗਿਆ ਸੀ ਤੇ ਹੁਣ ਹਲਕਾ ਚੱਬੇਵਾਲ ਦੇ ਵਿੱਚ ਆਪਾਂ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦੀ ਕੋਈ ਬਹੁਤੀ ਤਾ ਇਸਾਰੇ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਹੁਸ਼ਿਆਰਪੁਰ ਤੋਂ ਸਾਬਕਾ ਕੈਬਨਿਟ ਮੰਤਰੀ ਸੁੰਦਰਸ਼ਾਮ अरोड़ा ਮੌਜੂਦ ਨੇ ਗੱਲਬਾਤ ਕਰਾਂਗੇ ਸਰ ਚੋਣ ਕਮਿਸ਼ਨ ਵੱਲੋਂ ਐਲਾਨ ਕਰ ਦਿੱਤਾ ਗਿਆ ਜਿਮਨੀ ਚੋਣ ਦਾ 13 ਨਵੰਬਰ ਨੂੰ ਚੋਣਾਂ ਵੋਟਾਂ ਪੈਣਗੀਆਂ ਤੇ 23 ਨਵੰਬਰ ਨੂੰ ਨਤੀਜੇ ਆਉਣਗੇ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦੀ ਹੁਣ ਕਿੰਨੀ ਕੁ ਤਿਆਰੀ ਹੈ ਜੀ ਬਿਲਕੁਲ ਤਿਆਰੀ ਹੈ ਜੀ ਐਲਾਨ ਤਾਂ ਕਿਸੇ ਦਿਨ ਹੋਣਾ ਸੀ ਅੱਜ ਹੋ ਗਿਆ ਜਾਂ 10 ਦਿਨ ਬਾਅਦ ਹੁੰਦਾ ਜਾਂ ਪਹਿਲਾਂ ਹੁੰਦਾ ਬਾਈ ਇਲੈਕਸ਼ਨ ਤਾਂ ਹੋਣੀ ਸੀ ਪਰ ਕਾਂਗਰਸ ਦੀ ਪੂਰੀ ਤਿਆਰੀ ਹੈ ਜਿਸ ਕੈਂਡੀਡੇਟ ਨੂੰ ਵੀ ਹਾਈ ਕਮਾਂਡ ਉਤਾਰੇਗਾ ਅਸੀਂ ਡਟ ਕੇ ਉਥੇ ਜਿਹੜੀ ਹੈ ਕਾਂਗਰਸ ਚੱਬੇਵਾਲ ਦੀ ਵਿੱਚ ਲੜਾਈ ਲੜਾਂਗੇ ਔਰ ਲੋਕ ਪੂਰਾ ਸਹਿਯੋਗ ਦੇਣਗੇ ਡਾਕਟਰ ਆਸ ਕੁਮਾਰ ਪਹਿਲਾਂ ਦੋ ਵਾਰ ਕਾਂਗਰਸ ਸੀਟ ਤੋਂ ਜਿੱਤੇ ਨੇ ਅੱਜ ਉਹ ਆਮ ਆਦਮੀ ਪਾਰਟੀ ਚ ਚੱਲ ਗਏ ਗੱਲ ਸੈਪਰੇਟ ਹੈ ਪਰ ਉਹਨਾਂ ਨੂੰ ਕਾਂਗਰਸ ਨੇ ਜਿਤਾਇਆ ਦੋ ਵਾਰ ਇਥੋਂ ਤੇ ਉਮੀਦ ਹੈ ਸਾਨੂੰ ਕਿ ਜਿਹੜਾ ਵੀ ਪਾਰਟੀ ਕੈਂਡੀਡੇਟ ਆਏਗੀ ਸਾਰੀ ਕਾਂਗਰਸ ਇਕਜੁੱਟ ਹੋ ਕੇ ਅਸੀਂ ਉਥੇ ਵਧੀਆ ਤਰੀਕੇ ਦੇ ਨਾਲ ਜਿਹੜਾ ਇਲੈਕਸ਼ਨ ਲੜਾਂਗੇ ਔਰ ਲੋਕਾਂ ਦਾ ਬਹੁਤ ਅੱਛਾ ਰਿਸਪੌਂਸ ਹੈ ਉਹਦੇ ਲਈ ਰੋੜ ਸਾਹਿਬ ਆਪਾਂ ਲੋਕ ਸਭਾ ਚੋਣਾਂ ਤੋਂ ਬਾਅਦ ਹਲਕਾ ਚਬਿਆਲ ਦੀ ਗੱਲ ਕਰੀਓ ਤਾਂ ਉਹ ਲਗਾਤਾਰ ਉੱਥੋਂ ਖਾਲੀ ਨਜ਼ਰ ਆ ਰਿਹਾ ਸੀ ਕਿ ਤਾਂ ਨਾ ਤਾਂ ਪਾਰਟੀ ਹਾਈ ਕਮਾਂਡ ਨੇ ਉੱਥੋਂ ਕੋਈ ਦਿਲਚਸਪੀ ਦਿਖਾਈ ਹੈ ਕੋਈ ਹਲਕਾ ਇੰਚਾਰਜ ਨਿਯੁਕਤ ਕੀਤਾ ਇਹ ਕਰ ਦਿੱਤਾ ਜਾਵੇ ਤੇ ਨਾ ਹੀ ਜੇਕਰ ਆਪਾਂ ਜ਼ਿਲ੍ਹਾ ਪ੍ਰਧਾਨ ਮਿੱਤੀ ਅਰुण कुमार ਮਿੱਤੀ ਡੋਗਰਾ ਦੀ ਗੱਲ ਕਰੀਏ ਤਾਂ ਉਹਨਾਂ ਦੀ ਕਾਰਗੁਜ਼ਾਰੀ ਵੀ ਬੇਹੱਦ ਧੀਰੀ ਹੈ ਜੀ ਫਿਰ ਲੱਗਦਾ ਨਹੀਂ ਕਿ ਕਾਫੀ ਜ਼ਿਆਦਾ ਸਫਰ ਕਰਨਾ ਪੈ ਗਿਆ ਸਾਨੂੰ ਲੈ ਕੇ ਸਿਰ ਦੇਖੋ ਜਿੱਥੇ ਬਾਈ ਇਲੈਕਸ਼ਨ ਹੋਵੇ ਇੱਕ ਕੈਂਡੀਡੇਟ ਛੱਡ ਕੇ ਚਲਾ ਗਿਆ ਹੋਵੇ ਜਿਹੜਾ ਸਿਟਿੰਗ ਐਮਐਲਏ ਹੋਵੇ ਤੇ ਉੱਥੇ ਬਹੁਤ ਲੋਕ ਕੈਂਡੀਡੇਟ ਬਣਦੇ ਹੁਣ ਉੱਥੇ ਹਲਕਾ ਇਨਚਾਰਜ ਪਾਰਟੀ ਲਈ ਲਾਣਾ ਔਖਾ ਹੋ ਜਾਂਦਾ ਲੇਕਿਨ ਅਸੀਂ ਕੰਮ ਕਰ ਰਹੇ ਹਾਂ ਲੋਕ ਸਾਨੂੰ ਮਿਲ ਰਹੇ ਸਾਰੀ ਕਾਂਗਰਸ ਕੰਮ ਕਰ ਰਹੀ ਜਰੂਰ ਨਹੀਂ ਕਿ ਮਿੱਕੀ ਡੋਗਰਾ ਜੀ ਉੱਥੇ ਜਾ ਕੇ ਕੋਈ ਪ੍ਰੈਸ ਕਾਨਫਰੰਸ ਕਰਨ ਜਾਂ ਕੁਝ ਕਰਨ ਤਾਂ ਲੋਕਾਂ ਦੇ ਵਿੱਚ ਸਾਰੀ ਕਾਂਗਰਸ ਕੰਮ ਕਰ ਰਹੀ ਆ ਮੈਂ ਮਿਲ ਰਹੇ ਹਾਂ ਲੋਕ ਸਾਨੂੰ ਮਿਲ ਰਹੇ ਆ ਅਸੀਂ ਪੂਰੀ ਤਿਆਰੀ ਚ ਹਾਈ ਕਮਾਂਡ ਦੇ ਕੋਲ ਪੰਜ ਸੱਤ ਜਿਹੜੇ ਉਹਨਾਂ ਨੇ ਕੋਈ ਨਾਮ ਹੈਗੇ ਨੇ ਜਿਹੜਾ ਵੀ ਉਹ ਇੱਕ ਕੈਂਡੀਡੇਟ ਦੇ ਦੇਣਗੇ ਉਹਦੇ ਲਈ ਆਪਾਂ ਲੜਾਈ ਲੜਾਂਗੇ ਔਰ ਮੈਨੂੰ ਪੂਰੀ ਉਮੀਦ ਹੈ ਉਥੇ ਚੱਬੇਵਾਲਸਾ ਕਾਂਗਰਸ ਪੱਖੀ ਰਿਹਾ ਤੇ ਹੁਣ ਵੀ ਕਾਂਗਰਸ ਨੂੰ ਬਹੁਤ ਅੱਛਾ ਰਿਸਪੌਂਸ ਉੱਥੇ ਦੇ ਲੋਕ ਦੇਣਗੇ ਤਾਂ ਉਥੋਂ ਸਬੰਧਤ ਹਲਕੇ ਦੇ ਰਹਿਣ ਵਾਲੇ ਵਿਅਕਤੀ ਨੇ ਚੋਣ ਲੜਾਈ ਜਾਵੇਗੀ ਜਾਂ ਕਾਂਗਰਸ ਹਾਈ ਕਮਾਂਡ ਜਾਂ ਕਾਂਗਰਸ ਪਾਰਟੀ ਕਿਤੇ ਬਾਹਰੀ ਵਿਅਕਤੀ ਨੂੰ ਉੱਥੋਂ ਲੈ ਕੇ ਚੋਣ ਲੜਾਵੇ ਕਿਉਂਕਿ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਕਿਤੇ ਚੱਬੇਵਾਲ ਦੇ ਵਿੱਚੋਂ ਕੋਈ ਬਹੁਤਾ ਮਜ਼ਬੂਤ ਚਿਹਰਾ ਨਜ਼ਰ ਨਹੀਂ ਆ ਰਿਹਾ ਕਾਂਗਰਸ ਪਾਰਟੀ ਨੂੰ ਕਿਤੇ ਆਲੇ ਦੋਲੇ ਇਲਾਕੇ ਦੇ ਵਿੱਚ ਅਜੇ ਤਾਂ ਐਸੀ ਕੋਈ ਗੱਲ ਮੇਰੇ ਨੋਟਿਸ 'ਚ ਤਾਂ ਨਹੀਂ ਹੈ ਬਾਕੀ ਹਾਈ ਕਮਾਂਡ ਦਾ ਫੈਸਲਾ ਹੁੰਦਾ ਉਹ ਦੇਖਦੇ ਆ ਕਿਹੜਾ ਬੰਦਾ ਲੱਟ ਸਕਦਾ ਕਿਹੜਾ ਬੰਦਾ ਇਲੈਕਸ਼ਨ ਜਿੱਤ ਸਕਦਾ ਦੇਖੋ ਬੀਨ ਅਬਿਲਟੀ ਦੇਖਣੀ ਬੜੀ ਜ਼ਰੂਰੀ ਹੁੰਦੀ ਆ ਬਾਕੀ ਐਦਾਂ ਦੀ ਕੋਈ ਗੱਲ ਨਹੀਂ ਬਾਹਰ ਵਾਲੀ ਮੈਂ ਤਾਂ ਕੋਈ ਗੱਲ ਸੁਣੀ ਨਹੀਂ ਬਾਕੀ ਉਥੋਂ ਹੀ ਦੇਖਾਂਗੇ ਕਿਹੜਾ ਬੰਦਾ ਕਾਫੀ ਕੈਂਡੀਡੇਟ ਨੇ ਕਾਫੀ ਐਪਲੀਕੇਸ਼ਨਾਂ ਚੱਬੇ ਵਾਲ ਤੋਂ ਆਈਆਂ ਨੇ ਉਹ ਹਾਈ ਕਮਾਂਡ ਨੇ ਫੈਸਲਾ ਕਰਨਾ ਹਾਈ ਕਮਾਂਡ ਦਾ ਕੰਮ ਆ ਇਸ ਤੇ ਲੜਾਈ ਲੜਾਂਗੇ ਸਰਕਾਰਾਂ ਲੜਾਈ ਲੜਾਂਗੇ ਰੋੜਾ ਸਾਹਿਬ ਇੱਕ ਇਹ ਵੀ ਇਹ ਸਵਾਲ ਹੈ ਇਸ ਤੋਂ ਪਹਿਲਾਂ ਹਮ ਬੇਸ਼ੱਕ ਉਹਨਾਂ ਹਲਕਾ ਚਬੇਵਾਲ ਬਣ ਚੁੱਕੇ ਆ ਪਰੰਤੂ ਕਾਫੀ ਸਮਾਂ ਪਹਿਲਾਂ ਹਲਕਾ ਹੁਸ਼ਾਰਪੁਰ ਦੇ ਵਿੱਚ ਹੀ ਆਉਂਦਾ ਸੀ ਤਾਂ ਤੁਹਾਡੀ ਵੀ ਉੱਥੇ ਪਕੜ ਬਹੁਤ ਮਜ਼ਬੂਤ ਹੈ ਤਾਂ ਹੁਣ ਅਰੋੜਾ ਸਾਹਿਬ ਉੱਥੇ ਦਿਨਦਰਾ ਤੱਕ ਕਰਨਗੇ ਪਾਰਟੀ ਨੂੰ ਆਪਣਾ ਵਧੀਆ ਪ੍ਰਦਰਸ਼ਨ ਕਰਕੇ ਦਿਖਾਉਣਗੇ ਕਿਉਂਕਿ ਤੁਸੀਂ ਵੀ ਹਾਲ ਹੀ ਵਿੱਚ ਭਾਜਪਾ ਛੱਡ ਕੇ ਦੁਬਾਰਾ ਤੋਂ ਕਾਂਗਰਸ ਪਾਰਟੀ ਦਾ ਪੱਲਾ ਫੜਿਆ ਹੈ ਜੀ ਸਰ ਤਕਰੀਬਨ 22 ਪਿੰਡ ਮੇਰੇ ਚੁੰਦੇਸ ਜਦੋਂ ਮੈਂ ਪਹਿਲਾ ਚੋਣ ਉੱਥੋਂ ਲੜਿਆ ਸੀ ਲੋਕ ਬਹੁਤ ਅੱਛੀ ਤਰ੍ਹਾਂ ਮੈਨੂੰ ਉਹਨਾਂ ਨੇ ਸਹਿਯੋਗ ਕੀਤਾ ਸੀ ਕਾਫੀ ਕੰਮ ਉੱਥੇ ਮੈਂ ਕਰਾਈ ਸੀ ਐਸੀ ਗੱਲ ਨਹੀਂ ਹੈ ਪਾਰਟੀ ਜਿੱਥੇ ਵੀ ਮੇਰੀ ਡਿਊਟੀ ਲਾਏਗੀ ਕਿਤੇ ਵੀ ਪਾਰਟੀ ਲਗਾਏ ਮੈਂ ਰਾਤ ਦਿਨ ਪਾਰਟੀ ਲਈ ਇੱਕ ਰਾਤ ਦਿਨ ਪਾਰਟੀ ਲਈ ਕੰਮ ਕਰਾਂਗਾ ਕਾਂਗਰਸ ਪਾਰਟੀ ਦੇ ਕੈਂਡੀਡੇਟ ਲਈ ਕੰਮ ਕਰਾਂਗਾ ਮੈਨੂੰ ਲੱਗਦਾ ਨਹੀਂ ਹੈ ਕੋਈ ਲੜਾਈ ਹਾਰ ਜਿੱਤਾਂ ਚੱਲੀਆਂ ਰਹਿੰਦੀਆਂ ਨੇ ਪਰ ਸਰਕਾਰ ਹੈ ਲੋਕਾਂ ਦੇ ਦਿਮਾਗ 'ਚ ਇਹ ਗੱਲ ਹੈ ਲੇਕਿਨ ਕਾਂਗਰਸ ਪਾਰਟੀ ਚੱਬਿਆਲ ਚ ਬਹੁਤ ਮਜ਼ਬੂਤ ਹੈ ਪਹਿਲੀਆਂ ਜੋ ਗੱਲਾਂ ਹੋ ਗਈਆਂ ਇੱਕਦਮ ਕੈਂਡੀਡੇਟ ਚਲਾ ਗਿਆ ਸੀ ਜਦੋਂ ਜ਼ਿਆਦਾ ਲੋਕ ਹੁੰਦੇ ਨੇ ਤੇ ਇੱਕ ਹਲਕਾ ਇੰਚਾਰਜ ਲਾਉਣਾ ਥੋੜਾ ਸਮਾਂ ਲੱਗਦਾ ਫਿਰ ਇਲੈਕਸ਼ਨ ਆ ਗਏ ਪਾਰਲੀਮੈਂਟ ਦੇ ਇਲੈਕਸ਼ਨ ਤੋਂ ਬਾਅਦ ਕਦੀ ਕੋਈ ਇਲੈਕਸ਼ਨ ਆ ਗਏ ਕਦੀ ਕੋਈ ਇਲੈਕਸ਼ਨ ਆ ਗਏ ਸਿਰਫ ਪੰਚਾਇਤਾਂ ਦੀ ਅੱਜ ਇਲੈਕਸ਼ਨ ਹੋ ਰਹੇ ਨੇ ਸੋ ਮੈਨੂੰ ਨਹੀਂ ਲੱਗਦਾ ਕਿ ਕੋਈ ਮੁਸ਼ਕਲ ਹੋਏਗਾ ਆਪਾਂ ਇਹ ਡਾਕਟਰ ਰਾਜਕੁਮਾਰ ਚੱਬੇਵਾਲ ਦੀ ਗੱਲ ਕਰੀ ਤਾਂ ਤਕਰੀਬਨ 9 ਦੇ ਵਿੱਚੋਂ ਇਹ 5 ਲੋਕ ਸਭਾ ਹਲਕਿਆਂ ਦੇ ਵਿੱਚ ਉਹਨਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ ਤੇ ਇੱਕ ਵੱਡੀ ਲੀਡ ਹੈ ਜਿਹੜੀ ਤਕਰੀਬਨ 28 ਤੋਂ 30 ਹਜ਼ਾਰ ਦੇ ਕਰੀਬ ਦੀ ਲੀਡਾ ਉਹਨਾਂ ਨੂੰ ਹਲਕਾ ਚੱਬੇਵਾਲ ਦੇ ਵਿੱਚੋਂ ਹੀ ਮਿਲੀ ਸੀ ਤਾਂ ਉਸ ਵਕਤ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਕਾਂਗਰਸ ਪਾਰਟੀ ਬੇਸ਼ੱਕ ਡਾਕਟਰ ਰਾਜਕੁਮਾਰ ਚੱਬੇਵਾਲ ਵੱਲੋਂ ਛੱਡ ਦਿੱਤੀ ਗਈ ਹੈ ਤੇ ਕਾਂਗਰਸ ਪਾਰਟੀ ਉਹਨਾਂ ਦੇ ਨਾਲ ਹੀ ਜਿਹੜੇ ਤੁਹਾਡੇ ਉਹਨਾਂ ਦੇ ਪੁਰਾਣੇ ਵਰਕਰ ਸੀ ਜਾਂ ਪੁਰਾਣੇ ਕਾਂਗਰਸੀ ਚੱਕਸਾਲੀ ਸੀ ਉਹ ਵੀ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਹੀ ਉਹ ਜਾ ਚੁ ਉਥੇ ਕਿੱਦਾਂ ਮਿਲ ਗਈ ਕਾਂਗਰਸ ਨੂੰ ਜੇ ਸਾਰੇ ਹੀ ਉਹਨਾਂ ਦੇ ਨਾਲ ਚੱਲ ਗਏ ਸੀ ਜੇ ਕਾਂਗਰਸ ਹੈ ਹੀ ਡਾਕਟਰ ਰਾਜਕੁਮਾਰ ਦੀ ਸੀ ਤਾਂ 18000 ਵੋਟ ਕਿੱਦਾਂ ਮਿਲ ਗਈ ਪਰ 2022 ਦੇ ਵਿੱਚ 48000 ਤੋਂ 18000 ਤੱਕ ਸਿਰ ਰਹਿ ਜਾਣ ਜਾਮਨੀ ਗੋਮਰ ਜਿਹੜੀ ਕਾਂਗਰਸ ਦੀ ਕੈਂਡੀਡੇਟ ਸੀ ਉਹ ਤਾਂ ਜੱਬੇਵਾਲ ਕਦੀ ਗਈ ਨਹੀਂ ਸੀ ਉਹਨੂੰ 18000 ਵੋਟ ਕਿੱਦਾਂ ਮਿਲ ਗਈ ਜਦੋਂ ਇੱਕਦਮ ਕੋਈ ਬੰਦਾ ਪਾਰਟੀ ਛੱਡਦਾ ਜਿਹੜੇ ਉਹਦੇ ਨਾਲ ਅਟੈਚ ਹੋਏ ਨੇ ਦੋ ਇਲੈਕਸ਼ਨ ਜਿੱਤੇ ਸੀ ਕਾਂਗਰਸ ਪਾਰਟੀ ਜੋ ਡਾਕਟਰ ਰਾਜਕੁਮਾਰ ਜੱਬੇਵਾਲ ਜੀ ਨੇ ਉਹ ਲੋਕ ਉਹਨਾਂ ਦੇ ਨਾਲ ਅਟੈਚ ਸੀ ਚਲੇ ਗਏ ਕੋਈ ਗੱਲ ਨਹੀਂ ਕਾਂਗਰਸ ਐਦਾਂਕ ਦੀ ਕਾਂਗਰਸ ਬਹੁਤ ਜਣਾ ਬਹੁਤ ਮਜ਼ਬੂਤ ਨੇ ਕਾਂਗਰਸ ਦੀਆਂ ਕੋਈ ਅਸੀ ਗੱਲ ਨਹੀਂ ਹੈ ਤੁਸੀਂ ਆਉਣ ਵਾਲਾ ਚੋਣ ਆਪ ਦੇਖੋਗੇ ਕਿ ਕਾਂਗਰਸ ਦਾ ਕੀ ਰੋਲ ਹੈ ਉੱਥੇ ਇੱਕ ਵਾਰ ਟਿਕਟ ਤਾਂ ਡਿclare ਹੋਣ ਦਿਓ ਫਿਰ ਕਾਂਗਰਸ ਦਾ ਕੰਮ ਦੇਖਿਓ ਤੁਸੀਂ ਅਜੰਡਾ ਕੀ ਰਹੇਗਾ ਕਿਉਂਕਿ ਹੁਣ ਚਾਰਾਂ ਚਾਰਾਂ ਵਿਧਾਨ ਸਭਾ ਹਲਕਿਆਂ ਦੇ ਵਿੱਚ ਜ਼ਿਮਨੀ ਚੋਣ ਦਾ ਐਲਾਨ ਹੋ ਚੁੱਕਿਆ ਹੈ ਚੱਬੇਵਾਲ ਤੋਂ ਇਲਾਵਾ ਬਰਨਾਲਾ ਗਿੱਦੜਬਾਹਾ ਤੇ ਡੇਰਾ ਬਾਬਾ ਨਾਨਕ ਲਈ ਵੀ ਕਿਉਂਕਿ ਜੇਕਰ ਇੱਕ ਹੁੰਦੀ ਤਾਂ ਹੋ ਸਕਦਾ ਹੈਗਾ ਹੋਰ ਵੀ ਬਲ ਮਿਲ ਸਕਦਾ ਸੀ ਤਾਂ ਹੁਣ ਲੋਕਲ ਲੀਡਰਸ਼ਿਪ ਨੂੰ ਜਿਹੜਾ ਜ਼ਿਆਦਾਤਰ ਆਪਣਾ ਧਿਆਨ ਕੇਂਦਰਿਤ ਕਰਨਾ ਪੈ ਗਿਆ ਤਾਂ ਮੁੱਖ এজেন্ডਾ ਕੀ ਰਹੇਗਾ rowData ਸਭ ਨੂੰ ਇੱਥੇ ਦੇਖੋ ਜਦੋਂ ਅਸੀਂ ਸਾਰੇ ਚਨਾਬ 2022 ਦੀਆਂ ਚੋਣਾ ਹੋਈਆਂ 92 ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਕੋਈ এজেন্ডਾ ਤਾਂ ਆਮ ਆਦਮੀ ਪਾਰਟੀ ਦਾ ਹੈ ਨਹੀਂ ਸੀ ਲੋਕ ਕਹਿੰਦੇ ਸੀ ਅਸੀਂ ਕਾਲੀ ਦੇਖ ਲਈ ਬੀਜੇਪੀ ਦੇਖ ਲਈ ਕਾਂਗਰਸ ਦੇਖ ਲਈ ਇਹਨਾਂ ਨੂੰ ਇੱਕ ਮੌਕਾ ਦਿਓ ਬਹੁਤ ਵੱਡਾ ਮੰਡਟ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ ਸੀ ਤੇ ਉਹਦੇ ਵਿੱਚ ਹੁਣ ਜੋ ਕੁਝ ਆਮ ਆਦਮੀ ਪਾਰਟੀ ਦੇ ਕੰਮ ਨੇ ਜੋ ਕੁਝ ਉਹ ਲੋਕ ਦੇਖ ਰਹੇ ਨੇ ਤੁਸੀਂ ਸਾਡੇ ਤੋਂ ਵੀ ਜ਼ਿਆਦਾ ਜਾਣਦੇ ਹੋ ਤੁਸੀਂ ਲੋਕਾਂ 'ਚ ਵਿਚਰਦੇ ਹੋ ਪ੍ਰੈਸ ਨੂੰ ਤਾਂ ਹਰ ਇੱਕ ਚੀਜ਼ ਦਾ ਪਤਾ ਹੁੰਦਾ ਔਰ ਜੇ ਲੋਕ ਅਗਰ ਉਹਨਾਂ ਤੋਂ ਖੁਸ਼ ਨਹੀਂ ਉਹਨਾਂ ਦੇ ਕੰਮ ਕਰ ਤੋਂ ਖੁਸ਼ ਨਹੀਂ ਅਜੰਡਾ ਤਾਂ ਐਸਟੈਂਮ ਜੋ ਉਹਨਾਂ ਦੇ ਵਾਅਦੇ ਸੀ ਲੋਕਾਂ ਦੇ ਨਾਲ ਕਿ ਅਸੀਂ 1000 ਰੁਪਏ ਮਹੀਨਾ ਬੇਟੀਆਂ ਨੂੰ ਭੈਣਾਂ ਨੂੰ ਦੇਾਂਗੇ ਉਹਨਾਂ ਨੇ ਦਿੱਤੇ ਨਹੀਂ بڑے ਵਾਅਦੇ ਕੀਤੇ ਸੀ ਇੰਨੀਆਂ ਨੌਕਰੀਆਂ ਦੇਾਂਗੇ ਇਹ ਕਰਾਂਗੇ ਉਹ ਕਰਾਂਗੇ ਜਿਹੜੀ ਪੈਨਸ਼ਨ ਹੈ ਉਹ ਉਹ ਬਹਾਲ ਕਰਾਂਗੇ ਕਈ ਚੀਜ਼ਾਂ ਸੀ ਜਿਹੜੀਆਂ ਨਹੀਂ ਹੋਈਆਂ ਕੋਈ ਨਵਾਂ ਏਜੰਡਾ ਦੇਣ ਦੀ ਉੱਥੇ ਲੋੜ ਨਹੀਂ ਮਤਲਬ ਕਿ ਆਹ ਝਾੜੂ ਦੇ ਏਜੰਡੇ ਨੂੰ ਕਾਂਗਰਸ ਪੂਰਾ ਕਰੇਗੀ ਉੱਥੇ ਜਿਹੜੀਆਂ ਚੀਜ਼ਾਂ ਲੋਕਾਂ ਨੂੰ ਨਹੀਂ ਮਿਲੀਆਂ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਲੋਕਾਂ ਨੇ ਐਡਾ ਵੱਡਾ ਉਹਨਾਂ ਨੂੰ ਮੰਡਟ ਦਿੱਤਾ ਉਹ ਜਿਹੜੀਆਂ ਚੀਜ਼ਾਂ ਉਹਨੇ ਪੂਰੀਆਂ ਨਹੀਂ ਕਰ ਪਾਈ ਲੋਕਾਂ ਦੇ ਸਾਹਮਣੇ ਨਜ਼ਰ ਆ ਰਹੀਆਂ ਨੇ ਏਜੰਡਾ ਲੋਕਾਂ ਨੂੰ ਅਸੀਂ ਤਾਂ ਲੋਕਾਂ ਨੂੰ ਇਹੀ ਕਹਿਣਾ ਹੈ ਨਾ ਜਾ ਕੇ ਜੋ ਪਹਿਲਾਂ ਤੁਸੀਂ ਕਾਂਗਰਸ ਨੂੰ ਵੋਟਾਂ ਪਾਉਂਦੇ ਰਹੇ ਕਾਂਗਰਸ ਨੂੰ ਤੁਸੀਂ ਦੇਖਿਆ ਹੈਗਾ ਕਾਂਗਰਸ ਨੇ ਇੰਨੀਆਂ ਸਕੀਮਾਂ ਲੋਕਾਂ ਨੂੰ ਦਿੱਤੀਆਂ ਹੈਗੀਆਂ ਇਹਨਾਂ ਨੇ ਕੋਈ ਨਵੀਆਂ ਚੀਜ਼ਾਂ ਕੀਤੀਆਂ ਸੀ ਜਿਵੇਂ ਤੁਸੀਂ ਪਿੱਛੇ ਪਹਿਲਾਂ ਕੋਈ ਚੈਨਲ ਆਇਆ ਬਿਜਲੀ ਦੇ ਬਿੱਲਾਂ ਦੀ ਗੱਲ ਕੀਤੀ ਵੀ ਉਹਨਾਂ ਨੇ ਕਿਸੇ ਦੇ ਘਟਾ ਦਿੱਤੇ ਕਿਸੇ ਦੇ ਵਧਾ ਦਿੱਤੇ ਮੀਟਰ ਤਾਂ ਉੱਥੇ ਹੀ ਹੈ ਨਾ ਇੱਕ ਕਿਸੇ ਦਾ ਘਟ ਗਿਆ ਕਿਸੇ ਦਾ ਵਧ ਗਿਆ ਇਹ ਚੀਜ਼ਾਂ ਜਿਹੜੀਆਂ ਨੇ ਇਹ ਚੀਜ਼ਾਂ ਬਹੁਤੇ ਲੰਬਾ دیر ਅਸਰ ਚਲਦੀਆਂ ਨਹੀਂ ਅਗਰ ਅਸੀਂ ਬਿਜਲੀ ਦੇ ਮੀਟਰਾਂ ਦੀ ਗੱਲ ਮੰਨ ਲਈਏ ਜੇ ਬਿਜਲੀ ਦੀ ਗੱਲ ਮੰਨ ਲਈਏ ਤੇ 7 ਸੀਟਾਂ ਜਿਹੜੀਆਂ ਨੇ ਉਹ ਕਾਂਗਰਸ ਨੇ ਮੈਂਬਰ ਪਾਰਲੀਮੈਂਟ ਦੀ ਬਣੇ ਨੇ ਲੋਕ ਸਭਾ ਦੀਆਂ 7 ਸੀਟਾਂ ਜਿਹਦੀਆਂ ਨੇ ਉੱਥੇ ਵੀ ਤਾਂ ਬਿਜਲੀ ਦੇ ਬਿੱਲ ਮਾਫ ਸੀਗੇ ਇਹ ਕੋਈ ਬੜੀਆਂ ਗੱਲਾਂ ਨਹੀਂ ਐ ਲੋਕ ਸਾਰਾ ਕੁਝ ਜਾਣਦੇ ਨੇ ਲੋਕ ਬੜੇ ਸਮਝਦਾਰ ਨੇ ਕਿ ਕਿਹੜੀ ਪਾਰਟੀ ਸਥਿਰ ਹੈ ਕੌਣ ਰਾਜ ਕਰ ਸਕਦਾ ਹੈ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਚੱਬੇਵਾਲ ਦੇ ਵਿੱਚ ਸਾਨੂੰ ਕੋਈ ਮੁਸ਼ਕਲ ਆਏਗੀ ਬਹੁਤ ਵਧੀਆ ਤਰੀਕੇ ਦੇ ਨਾਲ ਲੋਕ ਸਾਡਾ ਅਸੀਂ ਲੜਾਂਗੇ ਔਰ ਲੋਕ ਸਾਡਾ ਸਹਿਯੋਗ ਕਰਨਗੇ ਜੀ ਸੈਸ਼ਨ ਹੁਸ਼ਾਰਪੁਰ ਤੋਂ ਸਾਬਕਾ ਕੈਬਨਿਟ ਮੰਤਰੀ ਸੁੰਦਰਸ਼ਾਮ ਅਰੋੜਾ ਜੀ ਨਾਲ ਗੱਲਬਾਤ ਕੀਤੀ ਗਈ ਹੈ ਸੋ ਸਿੱਧੇ ਤੌਰ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਪਾਰਟੀ ਹਾਈ ਕਮਾਂਡ ਜਿਸ ਵੀ ਉਮੀਦਵਾਰ ਨੂੰ ਚੱਬੇਵਾਲ ਜ਼ਿਮਨੀ ਚੋਣ ਮੈਦਾਨ ਦੇ ਵਿੱਚ उतਾਰੇਗੀ ਸਮੁੱਚੀ ਜ਼ਿਲ੍ਹਾ ਕਾਂਗਰਸ ਦੀ ਲੀਡਰਸ਼ਿਪ ਤੇ ਪੰਜਾਬ ਦੀ ਸਮੁੱਚੀ ਹਾਈ ਕਮਾਂਡ ਆਸਤਾਨ ਡਟ ਕੇ ਸਾਥ ਦੇਵੇਗੀ ਸਮਰਥਨ ਕਰੇਗੀ ਤੇ ਜਿਸ ਵੀ ਕੈਂਡੀਡੇਟਸ ਨੂੰ ਪਾਰਟੀ ਵੱਲੋਂ ਉਮੀਦ ਜਿਸ ਵੀ ਵਿਅਕਤੀ ਨੂੰ ਕੈਂਡੀਡੇਟ ਕੈਂਡੀਡੇਟ ਦੇ ਤੌਰ ਤੇ ਪਾਰਟੀ ਇਹ ਵੱਲੋਂ ਉਤਾਰਿਆ ਜਾਵੇਗਾ ਤਾਂ ਉਸ ਨੂੰ ਜਿੱਤ ਵੀ ਜ਼ਰੂਰ ਦਰਜ ਕਰਵਾਈ ਜਾਵੇਗੀ ਕੈਮਰਾ ਪਰਸਨ ਮਨਵੀਰ ਮੇਠੀਆ ਨਾਲ ਚੇਤਨ ਕਸ਼ਪ ਤਸਾ ਤਰੇਨ ਖਬਰਾਂ ਦੇ ਲਈ ਜੁੜੇ ਹੋਊ ਹਾਰਪਰ ਨਿਊਜ਼ ਦੇ ਨਾਲ